इस वेले दी वड्डी खबर गुरदासपुर दे सरहदी खेतर कस्बा दोरांगला दे पिंड सलांच तो आ रही है, जिथे पुलिस नू उस वेले वड्डी कामयाबी सर्च ऑपरेशन दौरान मिली, जदों कमाद दे खेतां चों 11 हथ गोले बरामद होए। दस दिए कि बीती रात BSF दे अधिकारियां ने BOP चक्री पोस्ट दे उत्ते ड्रोन दी हरकत सरहद दे दूजे पासे तो दिखाई दित्ती सी, जिस तों बाद BSF दे अधिकारियां ने 11 राउंड फायर कीते, जिस तों बाद पुलिस ने इलाके दे विच सर्च ऑपरेशन चलाया होया सी अते सर्च ऑपरेशन दौरान ही खेतां चों एक डब्बे दे विच 11 ग्रनेड बरामद होए। ਤੁਸੀਂ ਬੰਦੇ ਏਰੀਏ ਦੇ ਪਾਰਲੇ ਪਾਸੇ ਸਰਚ ਕੀਤੀ? ਪਹਿਲਾਂ ਸਰਚ ਕਰਨ ਦੌਰਾਨ ਕੋਈ ਚੀਜ਼ ਨਹੀਂ ਮਿਲੀ, ਸ਼ਾਮ ਨੂੰ ਸਰਚ ਕਰਨ 'ਤੇ 11 ਹੈਂਡ ਗ੍ਰਨੇਡ ਬਰਾਮਦ ਹੋਏ। ਮੋਰਨਿੰਗ BSF ਦੇ ਨਾਲ DSP ਸਾਹਿਬ SP ਸਾਹਿਬ 70 ਤੋਂ 80 ਫੋਰਸ ਲੈ ਕੇ ਸਰਚ ਕੀਤੀ ਗਈ। ਤੁਸੀਂ ਬੰਦੇ ਪਾਰਲੇ ਪਾਸੇ ਕਮਾਦਾਂ ਵਿੱਚ ਸਰਚ ਕੀਤੀ ਗਈ, ਪਹਿਲਾਂ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ। ਸ਼ਾਮ ਨੂੰ 4 ਵਜੇ ਤੋਂ ਬਾਅਦ ਦੁਬਾਰਾ ਮੈਨੂੰ ਸੀਕ੍ਰੈਟ ਇਨਫੋਰਮੇਸ਼ਨ ਮਿਲਤੇ, ਥਾਣਾ ਤੋਂ ਫੋਰਸ ਲੈ ਕੇ ਸਰਚ ਕੀਤੀ ਤਾਂ ਕਮਾਦ ਦੀ ਇੱਕ ਨੁੱਕਰ ਤੋਂ ਇੱਕ ਡੱਬੇ ਵਿੱਚ 11 ਹੈਂਡ ਗ੍ਰਨੇਡ ਮਿਲੇ। ਪਿੰਡ ਸਲਾਚ ਦਾ ਏਰੀਆ ਸੀ ਇਹ। ਪਿਛਲੀ ਰਾਤ ਬਾਰੇ ਆ, ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ। ਇਹ ਪਾਕਿਸਤਾਨ ਵਾਲੇ ਡਰੋਨ ਸਰ, ਇਹਦੇ ਬਾਰੇ ਵੀ ਨਹੀਂ ਕੁਝ ਪਤਾ। ਮੇਰੇ ਵੱਲੋਂ ਹੈਂਡ ਗ੍ਰਨੇਡ ਸੰਬੰਧੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ। ਹਕੀਕਤ TV ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।